ਸਲਾਮ ਅਲੈਕੁਮ ਜੀ ਸਾਰੇ ਭਰਾਵਾਂ ਦਾ ਕੀ ਹਾਲ ਚਾਲ, ਠੀਕ ਹੋ? ਮੈਂ ਜੀ ਤੁਹਾਡਾ ਆਪਣਾ ਸ਼ਦਾਬ ਬਲੋਚ। ਅੱਜ ਜੀ ਸਾਡਾ ਫਸਟ ਵਲੋਗ ਹੈ, ਅਸੀਂ ਆਪਣੇ ਫਾਰਮ ਹਾਊਸ 'ਤੇ ਆਏ ਹੋਏ ਹਾਂ ਜੀ। ਅਤੇ ਮੈਨੂੰ ਖਬਰ ਮਿਲੀ ਸੀ ਕਿ ਬੰਦਾ ਸਾਡਾ ਜਿਹੜਾ ਨਾ ਕੱਲ੍ਹ ਜੀ, ਜਿਵੇਂ ਉਹ ਟਰੈਕਟਰ ਦੇ ਮਗਰ ਸੁਹਾਗਾ ਨਹੀਂ ਹੁੰਦਾ ਜੀ, ਜਾਂਦਾ ਇਸ ਤਰ੍ਹਾਂ ਜਾ ਰਿਹਾ ਗਾਂ ਦੇ ਪਿੱਛੇ ਪਿੱਛੇ। ਅਤੇ ਉਹ ਮੈਂ ਕੈਮਰੇ 'ਚੋਂ ਵੀਡੀਓ ਕੱਢਣਾ ਅਤੇ ਵੇਖਣਾ, ਅਤੇ ਨਾਲ ਮੈਂ ਵਲੋਗ ਸ਼ੇਅਰ ਕਰ ਦਿਆਂਗਾ, ਤੁਸੀਂ ਵੀ ਵੇਖਿਆ ਜ਼ਰਾ। ਸ਼ੇਰਿਆ ਇੱਧਰ ਆਇਆ ਨਾ, ਕੀ ਹਾਲ ਚਾਲ? ਇੱਧਰ ਠੀਕ ਹੈ, ਇੱਥੇ ਬਹਿ ਨਾ। ਕੀ ਕਰਦਾ ਫਿਰਨਾ? ਪੱਠੇ ਪਾਉਣਾ ਪਿਆ, ਪਾ ਲਏ ਪੱਠੇ, ਬਹਿ ਜਾ ਇੱਥੇ। ਮੈਂ ਸੁਣਿਆ ਕੱਲ੍ਹ ਤੂੰ ਡਿੱਗਿਆ, ਕੀ ਬਣਿਆ ਸੀ? ਗਾਂ ਖਿੱਚ ਕੇ ਲੈ ਗਈ ਸੀ, ਅਤੇ ਬੱਚਤ ਹੋ ਗਈ ਤੇਰੀ? ਸੱਟਾਂ ਸੁਟਾਈਆਂ, ਸੱਟਾਂ ਲੱਗੀਆਂ। ਕੋਈ ਟੀਕਾ ਟੂਕਾ ਲਵਾਇਆ? ਲਵਾਇਆ। ਅਤੇ ਪੱਟੀ ਪੁੱਟੀ? ਪੱਟੀ ਵੀ ਲਵਾਈ ਹੈ। ਉਹ ਹੈ ਨਾ ਪੱਟੀ, ਜਰਾਸੀਮ ਨਹੀਂ ਨਿਰੇ, ਇਹਨੂੰ ਜੇ ਲੈ ਕੇ ਚੱਲਦੇ ਹਾਂ, ਟੀਕਾ ਟੂਕਾ ਵੀ ਲਵਾਉਂਦੇ ਹਾਂ, ਅਤੇ ਇਹਦੀ ਪੱਟੀ ਵੀ ਨਵੀਂ ਕਰਵਾਉਂਦੇ ਹਾਂ, ਅਤੇ ਇਹਦਾ ਥੋੜ੍ਹਾ ਹੁਲੀਆ ਵੀ ਦੁਰੁਸਤ ਕਰਾਉਂਦੇ ਹਾਂ। ਇਹ ਡੰਗਰ ਚੋਣਾ ਸਾਡਾ ਬੰਦਾ ਹੈ, ਧੁਲੀਆ ਇਹਦਾ ਵੇਖ ਲਓ, ਇਹਨੇ ਸਾਨੂੰ ਦੁੱਧ ਪਿਆਉਣਾ ਕਰਨਾ ਡੰਗਰਾਂ ਦਾ, ਅਤੇ ਇਹਦਾ ਹੁਲੀਆ ਵੇਖ ਲਓ ਜੀ। ਅਤੇ ਥੋੜ੍ਹਾ ਨਾ ਆਪਣਾ ਸੈੱਟ ਸੂਟ ਕਰਕੇ ਰੱਖਿਆ ਕਰ ਆਪਣੇ ਆਪ ਨੂੰ, ਠੀਕ ਹੈ ਨਾ? ਹਾਂ, ਪੱਠੇ ਪਾ ਲਾ, ਫਿਰ ਆਪਾਂ ਚੱਲਦੇ ਹਾਂ ਸ਼ਹਿਰ ਨੂੰ ਚੱਲਦੇ ਹਾਂ, ਠੀਕ ਹੈ? ਟੀਕਾ ਟੂਕਾ ਲਵਾਉਂਦੇ ਹਾਂ ਅਤੇ ਤੇਰਾ ਹੁਲੀਆ ਸੈੱਟ ਕਰਾਉਂਦੇ ਹਾਂ। ਪਾ ਲਾ ਪੱਠੇ ਪੁੱਟੀ, ਸ਼ਾਬਾਸ਼। ਇਹਨੂੰ ਜੇ ਲੈ ਕੇ ਚੱਲਦੇ ਹਾਂ ਅਸੀਂ, ਠੀਕ ਹੈ ਸਰ? ਸਾਡਾ ਸ਼ੇਰ ਅਲੀ ਸਾਡੇ ਕੋਲ ਕੰਮ ਕਰਦਾ, ਇੱਥੇ ਮਾਲ ਡੰਗਰ ਸੰਭਾਲਦਾ, ਅਤੇ ਇਹਨੂੰ ਸੱਟਾਂ ਲੱਗ ਗਈਆਂ ਸਨ, ਪੱਟੀ ਪੁੱਟੀ ਕਰਵਾ ਲਿਆਉਂਦੀ ਹੈ, ਟੀਕਾ ਵੀ ਲਵਾ ਲਿਆਉਂਦਾ, ਅਤੇ ਉਹਨਾਂ ਨੂੰ ਮਾਨ 'ਤੇ ਲੈ ਕੇ ਚੱਲੇ ਹਾਂ। ਇਨਸ਼ਾਅੱਲਾ ਤੁਸੀਂ ਇਹਦਾ ਹੁਣ ਦੇਖ ਲਓ, ਉੱਥੋਂ ਲਿਆ ਕੇ ਵੀ ਤੁਹਾਨੂੰ ਆਉਣਾ ਨਹੀਂ, ਇਨਸ਼ਾਅੱਲਾ।